ਵਾਲੀਏ ਸਿੰਘ ਤੇ ਸਵਾਲ ਹੋ ਗਿਆ, ਸਗੀ ਸ਼ੋਭਾ ਅੰਦਰ ਤੁਹਾਨੂੰ ਕਲੰਦਰ ਦਾ ਰੁਤਬਾ ਕਿੱਥੋਂ ਮਿਲਿਆ? ਤੇ ਸਹੀ ਫਰਮਾਉਂਦੇ ਪਹਿਲੇ ਹਮ ਉਸਮਾਨ ਅਲੀ ਜਦੋਂ ਪੰਜ ਦਰਿਆ ਬੂਰ ਕੀਤੀ ਫਿਰ ਆਨ ਸਮੁੰਦਰ ਬਣਿਆ, ਜਦੋਂ ਪੁਲ ਬਣਿਆ ਵੀ ਆਈ ਪਗ ਸਿਰ ਮੇਰੇ ਫਿਰ ਆਨ ਸਿਕੰਦਰ ਬਣਿਆ, ਜਦੋਂ ਸਗ ਸਦ ਚਾਲੀ ਦਰਵਾਜ਼ੇ ਮੰਗਣੇ ਹਾਤਮ ਹੈਰ ਇਨਕਾਰ ਨਹੀਂ ਕੀਤਾ, ਚਾਲੀਆਂ ਦਰਵਾਜ਼ੇ ਚੋਂ ਖੈਰ ਲੈ ਕੇ ਆਪਣੇ ਘਰ ਨੂੰ ਵਾਪਸ ਜਾ ਰਿਹਾ। ਰਸਤੇ ਵਿੱਚ ਯਾਇਲੀ ਸਰਕਾਰ ਦਾ ਮੰਗ ਪੱਤਰ ਪੈ, ਪੁੱਛਦਾ ਖੈਰ ਤੇ ਆਈ ਬੜਾ ਖੁਸ਼ ਹੈ, ਆਂਦਾ ਖੁਸ਼ ਕਿਵੇਂ ਨਾ ਹੋਵਾਂ, ਅੱਜ ਬੜੇ ਵੱਡੇ ਸਖੀ ਦਾ ਮੇਰਾ ਪਾਲਾ ਪਿਆ ਸੀ, ਇੱਕ ਡੱਕ ਵੱਡਾ ਸਖੀ ਸੀ, ਉਹਦੇ ਮਹਿਲ ਦੇ 40 ਦਰਵਾਜ਼ੇ ਸਨ, ਮੈਂ 40 ਦੇ 40 ਮੰਗਣੇ, ਉਹਨੇ ਵੀ ਨਹੀਂ ਇਨਕਾਰ ਨਹੀਂ ਕੀਤਾ। ਯਾਇਲੀ ਸਰਕਾਰ ਦਾ ਮੰਗ ਤਾਂ ਓਏ, ਉਹ ਵੀ ਕੋਈ ਸਖੀ ਹੈ ਜਿਹਨੇ ਤੂੰ 40 ਦਰਵਾਜ਼ੇ ਮੰਗ ਛੱਡੇ ਨੇ? ਆ ਮੈਂ ਤੈਨੂੰ ਦੱਸਾਂ, ਮੇਰਾ ਮੌਲਾ ਅਲੀ ਸ਼ਹਿਨਸ਼ਾਹ ਸਖੀ ਆ ਜਿਹਦਾ ਇੱਕ ਦਰਵਾਜ਼ਾ, ਇੱਕ ਵਾਰੀ ਮੰਗ ਲਈਏ ਮੁੜ ਕੇ ਆਪ ਤੇ ਲੱਗ ਗਈ। ਮੇਰਾ ਮੌਲਾ ਅਲੀ ਸ਼ਹਿਨਸ਼ਾਹ ਸਖੀ ਆ ਜਿਹਦਾ ਇੱਕ ਦਰਵਾਜ਼ਾ, ਇੱਕ ਵਾਰੀ ਮੰਗ ਲਈਏ ਮੁੜ ਕੇ ਆਪ ਤੇ ਲੱਗ ਲਈਦਾ। ਉਹ ਯਾਇਲੀ ਸਰਕਾਰ ਦੇ ਮੰਗ ਦੀ ਕਦਮੀ ਡਿੱਗ ਪਿਆ, ਕਹਿੰਦਾ ਉਹ ਦਰਵਾਜ਼ਾ ਮੈਨੂੰ ਵੀ ਜਲਦੀ ਨਾਲ ਹੋ। ਯਾਇਲੀ ਸਰਕਾਰ ਦਾ ਮੰਗ ਦੱਸਦਾ ਉਹਦੇ ਵਾਸਤੇ ਇੱਕ ਕੰਮ ਕਰਨਾ ਪੈਣੀ, ਆਂਦਾ ਕਿਹੜਾ ਕੰਮ ਹੈ? ਮੈਂ ਜ਼ਰੂਰ ਕਰਾਂਗਾ। ਤੇ ਯਾਇਲੀ ਸਰਕਾਰ ਦਾ ਮੰਗ ਦੱਸਦਾ ਜੇ ਤੂੰ ਬਣੇ
ਮੁਰਸ਼ਦਾਂ ਤੋਂ ਫਤਾ ਨਹੀਂ ਹੋਈ, 40 ਦਿਨ ਚੜਾਇਆ ਮੁਹੰਮਦ ਮੁਸਤਫਾ ਦੀ ਦਰਬਾਰ ਖੈਬਰ ਦੇ ਮੈਦਾਨ ਦੇ ਵਿੱਚ ਖਲੋ ਕੇ ਇੱਕ ਟਿੱਬੇ ਤੇ ਚੜ ਕੇ ਆਵਾਜ਼ ਮਾਰ ਕੇ ਆਉਂਦੇ ਨੇ ਯਾਲੀ ਸਰਕਾਰ ਨਾਲ ਜਿਹੜੀ ਗੱਲ ਕੀਤੀ ਉਹ ਮੈਂ ਸ਼ੇਰ ਚੋਂ ਸੁਣਾਵਾਂਗਾ। ਪਾਕ ਨਬੀ ਨੇ ਗੱਲ ਕਰੀ ਕੀਤੀ ਬਾਦਸ਼ਾਹ ਜੀ, ਜਾਂ ਮੇਰੇ ਸੁਣਨ 'ਚ ਫਰਕ ਲੱਗਾ ਹੋਣਾ, ਥੋੜ੍ਹਾ ਮੈਂ ਲੇਟ ਹੋਇਆ, ਉਹਦੀ ਮਾਫ਼ੀ। ਤਕਰੀਬਨ ਮੈਂ ਜਿੰਨੀ ਵਾਰੀ ਵੀ ਆਇਆ ਆਪਣੇ ਟਾਈਮ ਤੋਂ 10 ਮਿੰਟ ਪਹਿਲਾਂ ਆਇਆ, ਇਸ ਵਾਰੀ ਮੈਂ ਲੇਟ ਆਈ, ਆਪਣੀ ਡੇਟ ਤੋਂ ਵੀ ਲੇਟ ਆ ਅਤੇ ਟਾਈਮ ਤੋਂ ਵੀ ਲੇਟ, ਉਹਦੀ ਮਾਫ਼ੀ। ਕਿਉਂਕਿ ਮੇਰੇ ਗੰਜ ਬਖਸ਼ ਦਾ ਵੇਲਾ, ਅਦੀ ਨੌਸ਼ਾ ਗੰਜ ਬਖਸ਼ ਦਾ ਇਹ ਵੇਲਾ, ਅਲਹਮਦੁਲਿਲਾ ਮੇਰੇ ਬਜ਼ੁਰਗ, ਮੈਂ ਅਤੇ ਮੇਰੇ ਬੱਚੇ, ਇਸ ਘਰ ਦੇ ਨੌਕਰ, ਇਸ ਘਰ ਦਾ ਦਿੱਤਾ ਖਾਂਦੇ ਵੀ ਔਰ ਪਲਦੇ ਵੀ। ਯਾਜ਼ਦੀ ਸਰਕਾਰ ਨੇ ਜਿਹੜੀ ਯਾਜ਼ਦੀ ਸਰਕਾਰ ਨਾਲ ਗੱਲ ਕੀਤੀ ਨਾ ਪਾਕ ਮੁਹੰਮਦ ਮੁਸਤਫਾ ਦੀ ਦਰਬਾਰ ਨੂੰ, ਉਹ ਮੈਂ ਸ਼ੇਰ ਚੋਂ ਸੁਣਾਵਾਂਗਾ ਗੱਲ ਕਰੀ ਕੀਤੀ ਹੈ ਹੈਦਰ ਦੇ ਮੈਦਾਨ ਦੇ ਚੀਜ਼ਾਂ ਅਲੀ ਚਾਲੀ ਦਿਨ ਖਜਵੇ ਨਾ ਦਾਦੇ ਨਾ ਦਿੰਦੇ ਵੇ ਜੀ।